ਉੱਥੇ ਬਜਰੀ ਵੀ ਖਿੰਡੀ ਹੋਈ ਹੈ, ਪਰ ਲੱਗਦਾ ਨਹੀਂ ਕਿ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਵੀ ਪਾ ਰਹੇ ਨੇ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕਾਂ ਨੂੰ ਜਿਸ ਕੰਮ ਤੋਂ ਮਨਾ ਕੀਤਾ ਜਾਂਦਾ ਹੈ ਉਹੀ ਵਾਰ ਵਾਰ ਦੁਹਰਾਇਆ ਜਾਂਦਾ ਹੈ। ਹੁਣ ਇਸ ਵੀਡੀਓ ਨੂੰ ਹੀ ਦੇਖ ਲੋ ਜਿਸ ਵਿੱਚ ਲੋਕ ਆਪਣੇ 2 ਮਿੰਟ ਬਚਾਉਣ ਦੇ ਲਈ ਆਪਣੀ ਜਾਨ ਜੋਖਮ 'ਚ ਪਾ ਰਹੇ ਨੇ ਤੇ ਉਸ ਫਲਾਈਓਵਰ ਨੂੰ ਪਾਰ ਕਰ ਰਹੇ ਨੇ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਬੇਸ਼ੱਕ ਇੱਥੇ ਪ੍ਰਸ਼ਾਸਨ ਦੇ ਵੱਲੋਂ ਪੱਥਰ ਲਾਏ ਗਏ ਨੇ, ਡਰੰਮ ਲਾਏ ਗਏ ਨੇ, ਰਾਹ ਬੰਦ ਕੀਤਾ ਗਿਆ, ਪਰ ਇਹ 2 ਵੀਲਰ ਵਾਲੇ, ਬਾਈਕ ਸਵਾਰ ਤੇ ਸਕੂਟੀਆਂ ਵਾਲੇ, ਸਾਈਕਲਾਂ ਵਾਲੇ ਇਸੇ ਹੀ ਫਲਾਈਓਵਰ ਤੋਂ ਲੰਘ ਰਹੇ ਨੇ, ਉਹ ਵੀ ਜਾਨ ਜੋਖਮ 'ਚ ਪਾ ਕੇ, ਕਿਉਂਕਿ ਜੇਕਰ ਇਸ ਫਲਾਈਓਵਰ ਤੋਂ ਨਹੀਂ ਲੰਘਦੇ ਤਾਂ ਉਹਨਾਂ ਨੂੰ 5 ਤੋਂ 6 ਕਿਲੋਮੀਟਰ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਫਲਾਈਓਵਰ ਦੇ ਉੱਤੋਂ ਦੀ ਲੰਘ ਰਹੇ ਨੇ। ਹੁਣ ਫਲਾਈਓਵਰ ਦੇ ਹਾਲਾਤ ਦੇਖ ਲਓ, ਜਿੱਥੇ ਪਹਿਲਾਂ ਤਾਂ ਪੱਥਰ ਲਾਏ ਹੋਏ ਨੇ, ਡਰੰਮ ਲਾਏ ਹੋਏ ਨੇ ਕਿ ਲੋਕ ਇੱਥੋਂ ਲੰਘ ਨਾ ਸਕਣ, ਪਰ ਫਿਰ ਵੀ ਇਸ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚੋਂ ਵੀ ਇਹ ਦੇਖੋ ਕਿੱਦਾਂ ਰਸ਼ ਲਾ ਕੇ ਬੈਠੇ ਨੇ ਅਤੇ ਇੱਥੋਂ ਲੰਘ ਰਹੇ ਨੇ। ਹੁਣ ਇਸ ਫਲਾਈਓਵਰ ਦੇ ਉੱਪਰ ਦਾ ਹਾਲ ਦੇਖ ਲਓ, ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ, ਜਗ੍ਹਾ ਜਗ੍ਹਾ ਤੋਂ ਸਰੀਏ ਨਜ਼ਰ ਆ ਰਹੇ ਨੇ, ਹੇਠਾਂ ਸੜਕ ਵੀ ਦਿਖਦੀ ਹੈ, ਪਰ ਫਿਰ ਵੀ ਇਹ ਜਿਹੜੇ ਬਾਈਕ ਸਵਾਰ ਨੇ, ਸਕੂਟਰ ਸਵਾਰ ਨੇ, ਇਸੇ ਹੀ ਫਲਾਈਓਵਰ ਨੂੰ ਪਾਰ ਕਰ ਰਹੇ ਨੇ। ਤਸਵੀਰਾਂ ਲੁਧਿਆਣਾ ਦੇ ਸਾਊਥਨ ਬਾਈਪਾਸ ਫਲਾਈਓਵਰ ਦੀਆਂ ਨੇ, ਜਿਸ ਦਾ ਕੰਮ ਚੱਲ ਰਿਹਾ ਹੈ, ਮੁਰੰਮਤ ਹੋ ਰਹੀ ਹੈ। ਪਿਛਲੇ 16 ਦਿਨਾਂ ਤੋਂ ਇਸ ਫਲਾਈਓਵਰ ਨੂੰ ਬੰਦ ਕੀਤਾ ਗਿਆ ਹੈ, ਪਰ ਫਿਰ ਵੀ ਲੋਕ ਇੱਥੋਂ ਜਿਹੜੇ ਨੇ ਲੰਘਣੋਂ ਨਹੀਂ ਹਟ ਰਹੇ ਨੇ, ਆਪਣੀ ਜਾਨ ਜੋਖਮ 'ਚ ਪਾ ਰਹੇ ਨੇ। ਅਤੇ ਜੇਕਰ ਪੁੱਛਿਆ ਜਾਏ ਤਾਂ ਕਹਿੰਦੇ ਨੇ ਵੀ ਜੇ ਇੱਥੋਂ ਨਹੀਂ ਲੰਘਦੇ ਤਾਂ ਉਹਨਾਂ ਨੂੰ 6 ਕਿਲੋਮੀਟਰ ਤੱਕ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ। ਜਦੋਂ ਦਾ ਫਲਾਈਓਵਰ ਬੰਦ ਹੋਇਆ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਮੁਸ਼ਕਲਾਂ ਬਹੁਤ ਨੇ ਰਸਤੇ ਉੱਧਰ, ਸਾਹਿਤ ਵੀ ਪ੍ਰੋਬਲਮ ਹੋ ਗਈ ਆਉਂਦੇ ਜਾਂਦੇ ਨੂੰ, ਅਸੀਂ ਡਿਊਟੀ ਤੋਂ ਲੇਟ ਵੀ ਹੋ ਜਾਂਦੇ ਹਾਂ। ਕਿੰਨਾ ਕੁ ਘੁੰਮਣਾ ਪੈਂਦਾ, ਕਿੰਨਾ ਕੁ ਤਕਰੀਬਨ 5-6 ਕਿਲੋਮੀਟਰ? 5-6 ਕਿਲੋਮੀਟਰ ਦਾ ਫਰਕ ਪੈ ਜਾਂਦਾ ਟਾਈਮ ਦਾ, ਕਿਲੋਮੀਟਰ ਛੱਡੋ, ਬਾਕੀ ਜਿਹੜਾ ਟਾਈਮ ਹੈ ਸਵੇਰ ਸ਼ਾਮ ਦਾ, ਇੱਧਰ ਡਿਊਟੀ 'ਤੇ ਹੈਰਾਨ ਹੁੰਦੇ ਹਾਂ, ਡਿਊਟੀ ਤੋਂ ਅਸੀਂ ਲੇਟ ਹੁੰਦੇ ਹਾਂ। ਚਲਾਓ ਯਾਰ, ਠੀਕ ਹੈ। ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਦਾ ਫਲਾਈਓਵਰ ਬੰਦ ਹੈ? ਬਹੁਤ ਕਰਨਾ ਪੈਂਦਾ ਵੀਰੇ, ਬਹੁਤ ਜਾਮ ਲੱਗਦਾ। ਜਾਮ ਬਹੁਤ ਲੱਗਦਾ, ਕਿੰਨਾ ਕੁ ਦੂਰੋਂ ਘੁੰਮ ਕੇ ਆਉਂਦੇ ਹਾਂ? ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕੀ ਕਹੋਗੇ, ਕੀ ਅਪੀਲ ਕਰੋਗੇ? ਲੇਟ ਹੋ ਜਾਂਦੇ, ਬਜਰੀ ਵੀ ਖਿੰਡੀ ਹੋਈ ਹੈ, ਪਰ ਲੱਗਦਾ ਨੀ ਕਿ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਵੀ ਪਾ ਰਹੇ ਨੇ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕਾਂ ਨੂੰ ਜਿਸ ਕੰਮ ਤੋਂ ਮਨਾ ਕੀਤਾ ਜਾਂਦਾ ਹੈ ਉਹੀ ਵਾਰ ਵਾਰ ਦੁਹਰਾਇਆ ਜਾਂਦਾ ਹੈ। ਹੁਣ ਇਸ ਵੀਡੀਓ ਨੂੰ ਹੀ ਦੇਖ ਲੋ ਜਿਸ ਵਿੱਚ ਲੋਕ ਆਪਣੇ 2 ਮਿੰਟ ਬਚਾਉਣ ਦੇ ਲਈ ਆਪਣੀ ਜਾਨ ਜੋਖਮ 'ਚ ਪਾ ਰਹੇ ਨੇ ਤੇ ਉਸ ਫਲਾਈਓਵਰ ਨੂੰ ਪਾਰ ਕਰ ਰਹੇ ਨੇ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਬੇਸ਼ੱਕ ਇੱਥੇ ਪ੍ਰਸ਼ਾਸਨ ਦੇ ਵੱਲੋਂ ਪੱਥਰ ਲਾਏ ਗਏ ਨੇ, ਡਰੰਮ ਲਾਏ ਗਏ ਨੇ, ਰਾਹ ਬੰਦ ਕੀਤਾ ਗਿਆ, ਪਰ ਇਹ 2 ਵੀਲਰ ਵਾਲੇ, ਬਾਈਕ ਸਵਾਰ ਤੇ ਸਕੂਟੀਆਂ ਵਾਲੇ, ਸਾਈਕਲਾਂ ਵਾਲੇ ਇਸੇ ਹੀ ਫਲਾਈਓਵਰ ਤੋਂ ਲੰਘ ਰਹੇ ਨੇ, ਉਹ ਵੀ ਜਾਨ ਜੋਖਮ 'ਚ ਪਾ ਕੇ, ਕਿਉਂਕਿ ਜੇਕਰ ਇਸ ਫਲਾਈਓਵਰ ਤੋਂ ਨਹੀਂ ਲੰਘਦੇ ਤਾਂ ਉਹਨਾਂ ਨੂੰ 5 ਤੋਂ 6 ਕਿਲੋਮੀਟਰ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਸ ਫਲਾਈਓਵਰ ਦੇ ਉੱਤੋਂ ਦੀ ਲੰਘ ਰਹੇ ਨੇ। ਹੁਣ ਫਲਾਈਓਵਰ ਦੇ ਹਾਲਾਤ ਦੇਖ ਲਓ, ਜਿੱਥੇ ਪਹਿਲਾਂ ਤਾਂ ਪੱਥਰ ਲਾਏ ਹੋਏ ਨੇ, ਡਰੰਮ ਲਾਏ ਹੋਏ ਨੇ ਕਿ ਲੋਕ ਇੱਥੋਂ ਲੰਘ ਨਾ ਸਕਣ, ਪਰ ਫਿਰ ਵੀ ਇਸ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚੋਂ ਵੀ ਇਹ ਦੇਖੋ ਕਿੱਦਾਂ ਰਸ਼ ਲਾ ਕੇ ਬੈਠੇ ਨੇ ਅਤੇ ਇੱਥੋਂ ਲੰਘ ਰਹੇ ਨੇ।
ਹੁਣ ਇਸ ਫਲਾਈਓਵਰ ਦੇ ਉੱਪਰ ਦਾ ਹਾਲ ਦੇਖ ਲਓ, ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਗ੍ਹਾ ਜਗ੍ਹਾ ਤੋਂ ਸਰੀਏ ਨਜ਼ਰ ਆ ਰਹੇ ਨੇ, ਹੇਠਾਂ ਸੜਕ ਵੀ ਦਿਖਦੀ ਹੈ, ਪਰ ਫਿਰ ਵੀ ਇਹ ਜਿਹੜੇ ਬਾਈਕ ਸਵਾਰ ਨੇ, ਸਕੂਟਰ ਸਵਾਰ ਨੇ, ਇਸੇ ਹੀ ਫਲਾਈਓਵਰ ਨੂੰ ਪਾਰ ਕਰ ਰਹੇ ਨੇ। ਤਸਵੀਰਾਂ ਲੁਧਿਆਣਾ ਦੇ ਸਾਊਥਨ ਬਾਈਪਾਸ ਫਲਾਈਓਵਰ ਦੀਆਂ ਨੇ, ਜਿਸ ਦਾ ਕੰਮ ਚੱਲ ਰਿਹਾ ਹੈ, ਮੁਰੰਮਤ ਹੋ ਰਹੀ ਹੈ। ਪਿਛਲੇ 16 ਦਿਨਾਂ ਤੋਂ ਇਸ ਫਲਾਈਓਵਰ ਨੂੰ ਬੰਦ ਕੀਤਾ ਗਿਆ ਹੈ, ਪਰ ਫਿਰ ਵੀ ਲੋਕ ਇੱਥੋਂ ਜਿਹੜੇ ਨੇ ਲੰਘਣੋਂ ਨਹੀਂ ਹਟ ਰਹੇ ਨੇ, ਆਪਣੀ ਜਾਨ ਜੋਖਮ 'ਚ ਪਾ ਰਹੇ ਨੇ। ਅਤੇ ਜੇਕਰ ਪੁੱਛਿਆ ਜਾਏ ਤਾਂ ਕਹਿੰਦੇ ਨੇ ਵੀ ਜੇ ਇੱਥੋਂ ਨਹੀਂ ਲੰਘਦੇ ਤਾਂ ਉਹਨਾਂ ਨੂੰ 6 ਕਿਲੋਮੀਟਰ ਤੱਕ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ। ਜਦੋਂ ਦਾ ਫਲਾਈਓਵਰ ਬੰਦ ਹੋਇਆ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਮੁਸ਼ਕਲਾਂ ਬਹੁਤ ਨੇ ਸਨ ਰਸਤੇ, ਉੱਧਰ ਸ਼ਹਿਰ 'ਚ ਵੀ ਪ੍ਰੋਬਲਮ ਹੋ ਗਈ ਆਉਂਦੇ ਜਾਂਦੇ ਨੂੰ, ਅਸੀਂ ਡਿਊਟੀ ਤੋਂ ਲੇਟ ਵੀ ਹੋ ਜਾਂਦੇ ਹਾਂ। ਕਿੰਨਾ ਘੁੰਮਣਾ ਪੈਂਦਾ, ਕਿੰਨਾ ਕੁ ਤਕਰੀਬਨ 5-6 ਕਿਲੋਮੀਟਰ? 5-6 ਕਿਲੋਮੀਟਰ ਦਾ ਫਰਕ ਪੈ ਜਾਂਦਾ ਟਾਈਮ ਦਾ, ਕਿਲੋਮੀਟਰ ਛੱਡੋ, ਬਾਕੀ ਜਿਹੜਾ ਟਾਈਮ ਹੈ ਸਵੇਰ ਸ਼ਾਮ ਦਾ, ਇੱਧਰ ਡਿਊਟੀ 'ਤੇ ਹੈਰਾਨ ਹੁੰਦੇ ਹਾਂ, ਡਿਊਟੀ ਤੋਂ ਅਸੀਂ ਲੇਟ ਹੁੰਦੇ ਹਾਂ, ਚਲਾਓ ਯਾਰ ਸਿਟੀ ਗੱਡੀ। ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਦਾ ਫਲਾਈਓਵਰ ਬੰਦ ਹੈ? ਬਹੁਤ ਕਰਨਾ ਪੈਂਦਾ ਵੀਰੇ, ਬਹੁਤ ਜਾਮ ਲੱਗਦਾ। ਜਾਮ ਬਹੁਤ ਲੱਗਦਾ, ਕਿੰਨਾ ਕੁ ਦੂਰੋਂ ਘੁੰਮ ਕੇ ਆਉਂਦੇ? ਉਹ ਜਾਣ ਲੱਗੇ ਉਹ ਉੱਪਰ 'ਤੇ ਘੁੰਮਣਾ ਪੈਂਦਾ, ਇੱਥੋਂ ਬਹੁਤ ਘੁੰਮਣਾ ਪੈਂਦਾ। ਪਰ ਉੱਥੇ ਆਉਣਾ ਪੈਂਦਾ ਕਿੰਨਾ ਕੁ ਲੰਬਾ ਚੱਕਰ ਪੈਂਦਾ? ਕਿੰਨਾ ਲੰਬਾ ਚੱਕਰ ਪੈਂਦਾ? ਕਾਫੀ ਪੈ ਜਾਂਦਾ। ਕਿੰਨੇ ਕੁ ਦਿਨ ਹੋ ਗਏ ਨੇ? 15-16 ਦਿਨ ਹੋ ਗਏ ਨੇ। ਅੱਛਾ, ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਕੀ ਕਹੋਗੇ, ਕੀ ਅਪੀਲ ਕਰੋਗੇ? ਕਾਲਜ ਜਾਣਾ ਤੇ ਲੇਟ ਹੋ ਜਾਂਦਾ ਜੀ, ਕਈ ਵਾਰੀ ਲੇਟ ਹੋ ਜਾਂਦੇ।